ਉਹਨੂੰ ਕਿੱਦਾਂ? ਵਧੀਆ ਭਾਜੀ, ਠੀਕ ਠਾਕ ਆ। ਪਰ ਆ ਕੀ ਚੀਜ਼ ਆ? ਇਹ ਕਹਿੰਦੇ ਕੋਈ ਜਾਂਦੇ ਆ? ਕੋਈ ਨਹੀਂ ਸੀ ਯਾਰ, ਮੈਂ ਪਰੇਸ਼ਾਨ ਬਹੁਤ ਆ ਯਾਰ, ਬਹੁਤ ਦੁਖੀ ਸੀ ਅੱਜ। ਮੈਂ ਇਰਾਦਾ ਸੀ ਅੱਜ ਮੈਂ ਦਿਮਾਗ ਰਿਲੈਕਸ ਕਰ ਲਵਾਂ। ਤੇ ਭਾਜੀ ਆਹ ਚੀਜ਼ ਪੀਣ ਨਾਲ ਰਿਲੈਕਸ ਹੋ ਜਾਂਦਾ ਬੰਦਾ? ਪਹਿਲਾਂ ਮੈਨੂੰ ਇਹਦਾ ਜਵਾਬ ਦਿਓ, ਜੇ ਆਹੀ ਪੀ ਕੇ ਦੁੱਖ ਖਤਮ ਹੁੰਦੇ ਤਾਂ ਬੰਦੇ ਨੂੰ ਫਿਰ ਹੋਰ ਕੀ ਚੀਜ਼ ਲੋੜਦੀ ਆ? ਤੇ ਆਹੀ ਪੀ ਜਾਣ ਤਾਂ ਬੰਦੇ ਕੁਝ ਦੇਰ ਤੱਕ ਤਾਂ ਬੰਦਾ ਸੱਟ ਜਾਂਦਾ ਨਾ। ਤੇ ਕੁਛ ਦੇਰ ਤੇ ਭਾਜੀ ਜਿੱਦਾਂ ਤੁਸੀਂ ਨਸ਼ੇ 'ਚੋਂ ਬਾਹਰ ਉੱਠਣਾ ਤੇ ਤੁਹਾਨੂੰ ਉਹ ਦੁੱਖ ਦੁੱਗਣਾ ਹੋ ਜਾਣਾ, ਤੇ ਇਹ ਤੋਂ ਆ ਜੀ ਲੱਤ ਤੁਸੀਂ ਆਪਦੇ ਆਪ ਨੂੰ ਬਰਬਾਦ ਕਰ ਦੇਣਾ। ਭਾਜੀ ਅੱਜ ਤੱਕ ਤੁਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਇਆ ਤਾਂ ਅੱਜ ਤੁਹਾਡੇ ਦਿਮਾਗ 'ਚ ਕਿੱਦਾਂ ਦੀਆਂ ਗੱਲਾਂ ਆ ਗਈਆਂ? ਭਾਜੀ ਜੇ ਦੁੱਖਾਂ ਨਾਲ ਘਰ ਜਾਓ, ਆਪਣੀ ਫੈਮਿਲੀ ਨਾਲ ਬੈਠੋ, ਪੋਜ਼ਿਟਿਵ ਥਾਟ ਲਿਆਓ, ਕੋਈ ਭਜਨ ਸੁਣੋ, ਪਾਠ ਕਰੋ। ਭਾਜੀ ਇਸ ਚੀਜ਼ ਨੇ ਕੁਛ ਨਹੀਂ ਦੇਣਾ, ਇਸ ਚੀਜ਼ ਨੇ ਦੁਬਾਰਾ ਤੁਹਾਨੂੰ ਬਰਬਾਦੀ 'ਚ ਪਾਉਣਾ। ਜੇ ਦੁੱਖਾਂ ਨੇ ਦੁੱਖ ਡਬਲ ਹੋ ਜਾਣਾ, ਤੁਸੀਂ ਘਰ ਨੂੰ ਜਾਓ, ਕੋਈ ਗੱਲ ਨਹੀਂ। ਜਗਾੜ ਹੋ ਜਾਵੇ, ਤੂੰ ਤਾਂ ਹੱਥੀ ਬਣਾਤਾ, ਧੰਨਵਾਦ ਤੇਰਾ। ਕੱਚਾ ਬੰਦਾ ਹੀ ਆ, ਸ਼ਰਾਬ ਲੈ ਆਇਆ, ਭੁਜਿਆ ਲੈ ਕੇ ਹੀ ਨੀ ਆ, ਤਾਂ ਤੁਹਾਡਾ ਭੇਦ ਹੀ ਮਾਰ ਲੈਣਾ ਮੈਂ।